ਤੈਂ ਸਾਰਿਆਂ ਨੂੰ ਦੋਸਤੋ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਕਰਦੇ ਆ ਮੈਂ ਸਮਝਦਾਰ ਦੀ YouTube ਚੈਨਲ ਤੇ ਜੇ ਹਾਲ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤੇ ਵਾਧੇਆਂ ਵੀਡੀਓ ਵੱਲ ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਜੀ 6K ਸਬਸਕ੍ਰਾਈਬਰਸ ਵਾਸਤੇ ਤੁਸੀਂ ਬਹੁਤ ਜ਼ਿਆਦਾ ਸਪੋਰਟ ਕੀਤੀ ਜੀ ਮੈਨੂੰ YouTube ਤੇ ਤੇ ਮੈਂ ਚਾਹਨਾ ਤੁਸੀਂ ਇਦਾਂ ਹੀ ਸਪੋਰਟ ਜੀ ਮੈਨੂੰ Instagram ਤੇ ਵੀ ਕਰੋ ਤੇ ਜੀ ਤੁਹਾਨੂੰ ਮਿਲ ਜਾਏਗਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਸਭ ਤੋਂ ਪਹਿਲੇ ਲਿੰਕ ਤੇ ਜਾ ਕੇ ਕਲਿੱਕ ਕਰੋ ਤੁਸੀਂ ਸਿੱਧਾ ਰੀਡਾਇਰੈਕਟ ਹੋ ਜਾਓਗੇ ਤੇ ਸਿੱਧਾ ਫੋਲੋ ਵਾਲੇ ਬਟਨ ਤੇ ਹਿੱਟ ਕਰ ਦੇਣਾ ਤੇ ਵਾਧੇਆਂ ਵੀਡੀਓ ਤਿਆਜਾ ਆਪਾਂ ਗੱਲ ਕਰਾਂਗੇ ਜੀ ਫਿਰ ਤੋਕਰਨ ਔਜਲਾ ਬਾਰੇ ਕਰਨ ਔਜਲਾ ਗੀਤਾ ਦੇ ਮਸ਼ੀਨ ਜਿਵੇਂ ਕਿ ਤੁਹਾਨੂੰ ਪਤਾ ਉਹਨਾਂ ਦੀ ਐਲਬਮ ਜਿਹੜੀ ਉਹ ਵੇਟਿੰਗ ਦੇ ਵਿੱਚ ਹੈਗੀ ਹੈ ਇਸ ਟਾਈਮ ਤੇ ਕਹਲੇ ਜੀ ਉਹਨਾਂ ਦਾ ਆ ਰਿਹਾ ਹੈ ਫਾਈਨਲ ਪੋਸਟਰ ਤੇ ਨਾਲ ਇੰਟਰੋ ਡੇਟ ਉਸ ਤੋਂ ਪਹਿਲਾਂ ਜੀ ਇੱਕ ਗੱਲ ਜਿਹੜੀ ਆਪਾਂ ਕਰਾਂਗੇ ਇਸ ਚੈਨਲ ਤੇ ਅੱਜ ਉਹ ਕਰਾਂਗੇ ਜੀ ਉਹਨਾਂ ਦੀ ਇੱਕ ਕੌਂਟਰੋਵਰਸੀ ਜੋ ਕਿ ਉਹਨਾਂ ਨੇ ਜੀ ਆਪਣੇ ਇੰਟਰਵਿਊ ਦੇ ਵਿੱਚ ਗੱਲ ਕਰੀ ਸੀ ਕਿ ਜਦੋਂ ਜੀ ਉਹਨਾਂ ਦੇ ਇਨੀਸ਼ੀਅਲ ਡੇਸ ਸੀ ਜਦੋਂ ਉਹਨਾਂ ਦੇ ਸਟਰਗਲਿੰਗ ਡੇਸ ਸੀ ਉਦੋਂ ਜੀ ਉਹਨਾਂ ਨੂੰ ਜੀ ਜਦੋਂ ਕੈਨੇਡਾ ਆਨਲੀ ਟਿਕਟ ਕਰਵਾਉਣੀ ਸੀ ਉਦੋਂ 600 ਡਾਲਰ ਦੇ ਟਿਕਟ ਸੀ 300 ਡਾਲਰ ਉਹਨਾਂ ਕੋਲ ਹੋਗਾ ਸੀ ਤੇ 300 ਡਾਲਰ ਜੋ ਕਿ ਉਹਨਾਂ ਨੂੰ ਅਰੇਂਜ ਕਰਨਾ ਸੀ ਤੇ ਉਹਨਾਂ ਨੇ ਜੀ ਇੱਕ ਸਿੰਗਰ ਨੂੰ ਗਾਣਾ ਦਿੱਤਾ ਹੋਇਆ ਸੀ ਤੇ ਉਹਨਾਂ ਨੇ ਜੀ ਜਦੋਂ ਉਹਨੂੰ ਕਾਲ ਕਰਿਆ ਕਿ ਮੈਨੂੰ 300 ਡਾਲਰ ਚਾਹੀਦੇ ਨੇ ਅਰਜੈਂਟ ਤੇ ਜੀ ਉਹ ਸਿੰਗਰ ਨੇ ਮਨਾਂ ਕਰਤਾ ਇਹ ਜ਼ਿਕਰ ਹੌਲਦਾ ਬਾਈ ਨੇ ਖੁਦ ਦੱਸਿਆ ਹੋਇਆ ਏ ਇੱਕ ਗਾਣਾ ਹੁਣ ਮੈਂ ਨਾਮ ਤਾਂ ਨਹੀਂ ਲਊਂਗਾ ਕਿਸੇ ਦਾ ਪਰ ਇੱਕ ਗਾਣਾ ਹੋਰ ਦਿੱਤਾ ਮੈਂ ਹਨਾ ਉਹਦੇ ਨਾਲ ਉਹ ਬੰਦੇ ਦਾ ਵਧੀਆ ਚੱਲ ਗਿਆ ਉਸ ਅ ਗੁੱਡ Song ਤੇ ਮੈਂ ਉਹ ਬੰਦੇ ਨੂੰ ਫੋਨ ਲਾਇਆ ਮੈਂ ਕਿਹਾ ਵੀਰੇ ਮੈਨੂੰ ਪੈਸੇ ਦੀ ਲੋੜ ਆ ਪੈਸੇ ਵੀ ਕਿੰਨੇ ਦੀ ਲੋੜ ਸੀ ਮੈਨੂੰ 300 ਡਾਲਰ ਚਾਹੀਦਾ ਸੀ ਉਹ ਟਾਈਮ ਤੇ ਜਿਸ ਵੇਕ ਇਸ ਮੈਂ ਟਿਕਟ ਲਉਣੀ ਸੀਗੀ ਮੇਰੇ ਕੋਲ 300 ਸੀਗਾ 600 ਦੀ ਟਿਕਟ ਆਉਣੀ ਸੀਗੀ ਉਦੋਂ ਤੇ ਮੈਂ ਲੱਗ ਕੇ ਜਾਣਾ ਸੀ ਟ੍ਰਾਂਟੋ ਆਪਣੇ ਗਾਣੇ ਰਿਕਾਰਡ ਕਰਨ ਉਹ ਕਹਿੰਦਾ ਬਾਈ ਮੇਰੇ ਕੋਲ ਹੈ ਨਹੀਂਗਾ ਤੇ ਮੈਂ ਰੋਜ਼ ਉਹਦੀ ਸਨੈਪਚਾਟ ਤੇ ਜਾਂ ਸੋਸ਼ਲ ਮੀਡੀਆ ਦੇਖਦਾ ਹੁੰਦਾ ਜੀ ਸ਼ੋ ਸ਼ੂ ਲਾਉਂਦਾ ਪ੍ਰੋਪਰ ਉਹੀ ਗਾਣੇ ਦੇ ਪਿੱਛੇ ਉਹਨੂੰ ਕੂਕ ਪੈਂਦੀ ਹੁੰਦੀ ਸੀ ਤੇ ਮੈਨੂੰ ਮੈਨੂੰ ਸੱਚੀ ਬਹੁਤ ਦੁੱਖ ਆ ਮੈਂ ਕਿਹਾ ਵੀ ਕੋਈ ਨਹੀਂ ਮੈਨੂੰ ਜਾਣਦਾ ਮੈਨੂੰ ਉਦ ਤੇ ਮੈਨੂੰ ਸ਼ੁਰੂ ਤੋਂ ਹੀ ਸੀਗਾ ਵੀ ਸਾਰੇ ਜਾਣਨ ਮੈਨੂੰ ਹਨਾ ਤੇ ਜੀ ਕਰਨ ਮਤਲਬ ਵੈਸੇ ਤਾਂ ਕਹਿਣਾ ਕਿ ਸਨੈਪਚੈਟ ਜਦੋਂ ਮੈਂ ਦੇਖਦਾ ਹੁੰਦਾ ਸੀ ਸੋਸ਼ਲ ਮੀਡੀਆ ਦੇਖਦਾ ਹੁੰਦਾ ਸੀ ਤੇ ਮੇਰਾ ਇਹ ਗਾਣਾ ਲਗਾ ਕੇ ਜੀ ਉਹ ਜਿਹੜੇ ਨੱਚਦੇ ਟੱਪਦੇ ਹੁੰਦੇ ਸੀ ਤੇ ਉਹਨਾਂ ਕੋਲ ਪੈਸੇ ਹੀ ਨਹੀਂ ਹੈਗੇ ਸੀ ਮੈਨੂੰ ਦੇਣ ਲਈ ਤੇ ਤੇ ਜੇ ਮੈਂ ਨਾਮ ਲਵਾਂ ਜੀ ਉਸ ਸਿੰਗਰ ਦਾ ਤੇ ਉਸ ਸਿੰਗਰ ਦਾ ਨਾਮ ਹੈ ਜੇ ਗगन ਕੋਕਰੀ ਗੰਗਨ ਕੋਕਰੀ ਜੋ ਕਿ ਜੀ ਚੰਗੇ ਆਰਟਿਸਟ ਨੇ ਪੰਜਾਬੀ ਇੰਡਸਟਰੀ ਦੇ ਤੇ ਉਹਨਾਂ ਨਾਲ ਜੀ ਇਹਨਾਂ ਦੀ ਇਹ ਜਿਹੜੇ ਵਿਵਾਦ ਹੋਇਆ ਸੀ ਜਦੋਂ ਉਹਨਾਂ ਨੇ ਜ 300 ਡਾਲਰ ਦੇਣ ਤੋਂ ਮਨਾਂ ਕਰ ਦਿੱਤਾ ਸੀ ਉਸ ਟਾਈਮ ਦੀ ਕਰਨ ਔਜਲਾ ਬਾਈ ਨੇ ਜੀ ਆਪਣੇ ਇਨੀਸ਼ਲ ਡੇਸ ਦੇ ਸਟਰਗਲਿੰਗ ਡੇਸ ਦੇ ਵਿੱਚ ਗਗਨ ਕੋਕਰੀ ਨੂੰ ਜੀ ਦੋ ਗਾਣੇ ਲਿਖ ਕੇ ਦਿੱਤੇ ਸੀ ਦੱਸਦੇ ਪਹਿਲਾ ਸੀ ਜੀ ਬਾਪੂ ਤੇ ਦੂਜਾ ਸੀ ਜੀ ਜ਼ਿੰਮੇਦਾਰ ਜੱਟੀਆਂ ਤੇ ਦੋਨੋਂ ਹੀ ਜੀ ਖਾਸੇ ਹਿੱਟ ਗਏ ਸੀ ਪਰ ਉਹਨਾਂ ਦਾ ਜੀ ਇਹ ਕਹਿਣਾ ਸੀ ਇੰਟਰਵਿਊ ਦੇ ਵਿੱਚ ਤੇ ਤੁਹਾਡਾ ਲੈ ਕੇ ਕੀ ਕਹਿਣਾ ਜੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਹੈ ਜੀ ਹੋਰ ਅਪਡੇਟਸ ਵਾਸਤੇ ਜੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਉਦ ਤੱਕ ਬਾਏ ਬਾਏ